ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਮਲੇਰਕੋਟਲਾ ਸ਼ਹੀਦਾਂ ਪੁਰਾਣਾ ਕਿਲਾ ਮੁਹੱਲੇ 'ਚ ਕਿਰਾਏ ਦੇ ਮਕਾਨ 'ਤੇ ਰਹਿ ਰਹੀ 50 ਸਾਲਾਂ ਮਹਿਲਾ ਦੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ ਦੱਸ ਦਈਏ ਮੁਸਲਿਮ ਮੁਹੱਲੇ 'ਚ ਪਿਛਲੇ 16 ਸਾਲਾਂ ਤੋਂ ਰਾਣੀ ਆਂਟੀ ਨਾਂ ਦੀ ਮਹਿਲਾ ਰਹਿੰਦੀ ਆ ਰਹੀ ਸੀ ਜਿਸ ਬਾਰੇ ਨਾ ਤਾਂ ਮੁਹੱਲੇ ਨੂੰ ਜਾਣਦੇ ਸਨ ਅਤੇ ਨਾ ਹੀ ਉਹ ਜਿਨ੍ਹਾਂ ਦੇ ਘਰਾਂ 'ਚ ਮ੍ਰਿਤਕ ਕੰਮ ਕਰਦੀ ਸੀ ਇਸ ਆਂਟੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਇੱਥੇ ਹੀ ਜਦੋਂ ਆਂਟੀ ਦੀ ਮੌਤ ਹੋ ਜਾਂਦੀ ਹੈ ਤਾਂ ਪਤਾ ਚੱਲਦੇ ਹੀ ਰਾਣੀ ਆਂਟੀ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਝੁੰਡਲ ਦੀ ਰਹਿਣ ਵਾਲੀ ਸੀ ਜਿੱਥੇ ਕਿ ਉਸਦਾ ਪਤੀ ਇੱਕ ਚੰਗੇ ਮਕਾਨ 'ਚ ਰਹਿ ਰਿਹਾ ਸੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ ਇੱਕ ਬੇਟਾ ਤੇ ਬੇਟੀ ਵੀ ਸਨ ਨਾ ਨਾ ਅਸਲ ਨਾਮ ਦਵਿੰਦਰਜੀਤ ਕੌਰ ਹੈ ਉਹ ਚੰਗੇ ਘਰਾਂ 'ਚ ਰਹਿ ਰਹੇ ਨੇ ਗੱਡੀਆਂ 'ਚ ਘੁੰਮ ਰਹੇ ਨੇ ਕੁੜੀ ਵਧੀਆ ਸ਼ਹਿਰ 'ਚ ਰਹਿ ਰਹੀ ਹੈ ਅਤੇ ਇਹ ਵਿਚਾਰੀ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ ਅਤੇ ਵੀ ਬਹੁਤ ਤੰਗੀ ਵਾਲੇ ਹਾਲ ਕੱਢੇ ਨੇ ਇਹਨੇ ਜੋ ਜ਼ਿੰਦਗੀ ਦੇ 18 ਸਾਲ ਉਹਨਾਂ ਨੇ ਮਹਿਲਾਂ 'ਚ ਕੱਢੇ ਨੇ ਤਾਂ ਇਹਨੇ ਬਿਲਕੁਲ ਭੁੰਜੇ ਰਹਿ ਕੇ ਕੱਢੇ ਨੇ ਬਹੁਤ ਜ਼ਿਆਦਾ ਵੀਰੇ ਦੁੱਖ ਹੋਇਆ ਇਹਦਾ ਰਾਣੀ ਦਾ ਤਾਂ ਸਾਨੂੰ ਤਾਂ ਲੰਘਦੀ ਵੜਦੀ ਹਰ ਵੇਲੇ ਸਲਾਮ ਦੁਆ ਵੀ ਕਹਿਣਾ ਸਤਿ ਸ਼੍ਰੀ ਅਕਾਲ ਵੀ ਬੁਲਾਉਣਾ ਉੱਪਰ ਹੀ ਬੋਲਣਾ ਸੀ ਮੇਰੇ ਕੋਲ ਤਾਂ ਅੱਧਾ ਅੱਧਾ ਘੰਟਾ ਖੜ ਕੇ ਜਾਂਦੀ ਸੀ ਆਪਦਾ ਦੁੱਖ ਵੀ ਰੋਂਦੀ ਪਰ ਸਾਨੂੰ ਆਏ ਨਹੀਂ ਦੱਸਿਆ ਇਹਨੇ ਵੀ ਮੈਂ ਇੱਕ ਇੰਨੀ ਦੁਖੀ ਹਾਂ ਕਰਕੇ ਰੋਜ਼ ਹੀ ਆਪਦੀ ਖਾਧੀ ਅਸੀਂ ਕੁਛ ਨਹੀਂ ਬੱਚੀ ਦਾ ਇਹਦਾ ਦੇਖਿਆ ਵਿਚਾਰੀ ਉਧਰ ਮ੍ਰਿਤਕ ਦੇ ਖਰਾਬ ਨਾ ਹੋਣ ਜਾਣਦੇ ਇਸ ਕਰਕੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਰੱਖ ਦਿੱਤਾ ਗਿਆ ਹੁਣ ਪਤਾ ਨਹੀਂ ਕਿ ਕਿਸ ਕਾਰਨ ਕਰਕੇ ਮ੍ਰਿਤਕਾਂ ਦੇ ਘਰ ਵਾਲੇ ਇਸ ਤੋਂ ਨਾਰਾਜ਼ ਸੀ ਅਤੇ 16 ਸਾਲ ਇਸ ਨੂੰ ਬੁਲਾਇਆ ਤੱਕ ਨਹੀਂ ਫਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼